ਉਸ ਦਿਨ ਮੈਂ ਕੱਪੜੇ ਕੋਠੇ ਤੋਂ ਲਾਉਣ ਗਈ ਸੀ ਅਤੇ ਥੱਲੇ ਆਣ ਕੇ ਚੇਅਰ 'ਤੇ ਬੈਠੀ ਦੇਖਿਆ ਵੀ ਬਾਹਰ ਤਿੰਨ ਜਣਿਆਂ ਨੇ ਅੰਦਰ ਛਲਾਂਗ ਮਾਰਤੀ ਸੀ। ਤੋ ਉੱਥੇ ਜਾਲੀ ਵਾਲੇ ਦਰਵਾਜ਼ੇ ਤੱਕ ਪਹੁੰਚ ਗਈ ਅਤੇ ਜਦੋਂ ਮੈਂ ਦੂਸਰਾ ਦਰਵਾਜ਼ਾ ਬੰਦ ਕਰ ਚੁੱਕੀ ਹਾਂ ਅਤੇ ਬਾਅਦ 'ਚੋਂ ਫਿਰ ਉਹਨਾਂ ਨੇ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ। ਬਾਬਾ ਜੀ ਨੇ ਹੱਥ ਰੱਖਿਆ, ਉਹਨਾਂ ਨੇ ਦਰਵਾਜ਼ੇ ਨੂੰ ਖੁੱਲ੍ਹਣ ਨਹੀਂ ਦਿੱਤਾ। ਸੱਚੇ ਪਾਤਸ਼ਾਹ ਨੇ ਸਭ ਕੁਛ ਵਾਹਿਗੁਰੂ ਨੇ ਕੀਤਾ। ਕੁਝ ਦਿਨ ਪਹਿਲਾਂ ਅੰਮ੍ਰਿਤਸਰ ਦੇ ਵੇਰਕਾ ਇਲਾਕੇ ਵਿੱਚ ਇੱਕ ਘਰ ਵਿੱਚ ਤਿੰਨ ਲੁਟੇਰਿਆਂ ਵੱਲੋਂ ਦਾਖਲ ਹੋ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ, ਪਰੰਤੂ ਘਰ ਵਿੱਚ ਮੌਜੂਦ ਔਰਤ ਨੇ ਉਹਨਾਂ ਲੁਟੇਰਿਆਂ ਦਾ ਬੜੀ ਬਹਾਦਰੀ ਨਾਲ ਮੁਕਾਬਲਾ ਕੀਤਾ, ਜਿਸ ਕਾਰਨ ਲੁਟੇਰਿਆਂ ਨੂੰ ਬੇਰੰਗ ਵਾਪਸ ਪਰਤਣਾ ਪਿਆ। ਇਸ ਦੀ CCTV ਫੁਟੇਜ ਕਾਫੀ ਵਾਇਰਲ ਹੋਈ ਸੀ। ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। ਦੂਜੇ ਪਾਸੇ ਆਲ ਇੰਡੀਆ ਹਿਊਮਨ ਰਾਈਟ ਐਂਟੀ ਕ੍ਰਾਈਮ ਵਿੰਗ ਵੱਲੋਂ ਉਸ ਬਹਾਦਰ ਔਰਤ ਨੂੰ ਉਸਦੇ ਘਰ ਜਾ ਕੇ ਵੀਰ ਚੱਕਰ ਦੇ ਕੇ ਅਤੇ ਬਾਬਾ ਦੀਪ ਸਿੰਘ ਜੀ ਦੀ ਤਸਵੀਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਆਗੂਆਂ ਨੇ ਕਿਹਾ ਕਿ ਅਸੀਂ ਸਮਾਜ ਵਿੱਚ ਰਹਿੰਦੀਆਂ ਸਾਰੀਆਂ ਮਾਤਾਵਾਂ ਭੈਣਾਂ ਨੂੰ ਅਪੀਲ ਕਰਦੇ ਹਾਂ ਕਿ ਜੇਕਰ ਤੁਸੀਂ ਘਰ ਵਿੱਚ ਇਕੱਲੇ ਹੋ ਤਾਂ ਤੁਹਾਨੂੰ ਵੀ ਵੀਰਤਾ ਅਤੇ ਸਾਹਸ ਨਾਲ ਅਜਿਹੇ ਬਦਮਾਸ਼ਾਂ ਦਾ ਮੁਕਾਬਲਾ ਕਰਨਾ ਚਾਹੀਦਾ ਹੈ। ਦੂਜੇ ਪਾਸੇ ਬਹਾਦਰੀ ਅਤੇ ਨਿਡਰਤਾ ਨਾਲ ਲੁਟੇਰਿਆਂ ਦਾ ਮੁਕਾਬਲਾ ਕਰਨ ਵਾਲੀ ਮਨਪ੍ਰੀਤ ਕੌਰ ਨੇ ਕਿਹਾ ਕਿ ਸਮਾਜ ਵਿੱਚ ਰਹਿੰਦੀਆਂ ਸਾਰੀਆਂ ਔਰਤਾਂ ਨੂੰ ਕਦੇ ਵੀ ਡਰ ਕੇ ਨਹੀਂ ਰਹਿਣਾ ਚਾਹੀਦਾ ਅਤੇ ਅਜਿਹੇ ਮਾਹੌਲ ਵਿੱਚ ਬਹੁਤ ਸੂਝਬੂਝ ਅਤੇ ਨਿਡਰਤਾ ਨਾਲ ਫੈਸਲਾ ਲੈਣਾ ਚਾਹੀਦਾ ਹੈ। ਮਨਦੀਪ ਕੌਰ, ਕੀ ਵਾਕਿਆ ਹੋਇਆ ਸੀ ਉਸ ਦਿਨ? ਲੁੱਟ ਹੋਈ ਸੀ, ਹੁਣ ਤੁਹਾਨੂੰ ਬਹਾਦਰੀ ਦਾ ਪੁਰਸਕਾਰ ਅੱਜ ਮਿਲਿਆ ਹੈ, ਕੀ ਕਹਿਣਾ ਚਾਹੋਗੇ? ਉਸ ਦਿਨ ਮੈਂ ਕੱਪੜੇ ਕੋਠੇ ਤੋਂ ਲਾਉਣ ਗਈ ਸੀ ਅਤੇ ਥੱਲੇ ਆਣ ਕੇ ਚੇਅਰ 'ਤੇ ਬੈਠੀ ਦੇਖਿਆ ਵੀ ਬਾਹਰ ਤਿੰਨ ਜਣਿਆਂ ਨੇ ਅੰਦਰ ਛਲਾਂਗ ਮਾਰਤੀ ਸੀ। ਤੋ ਉੱਥੇ ਜਾਲੀ ਵਾਲੇ ਦਰਵਾਜ਼ੇ ਤੱਕ ਪਹੁੰਚ ਗਈ ਅਤੇ ਜਦੋਂ ਮੈਂ ਦੂਸਰਾ ਦਰਵਾਜ਼ਾ ਬੰਦ ਕਰ ਚੁੱਕੀ ਹਾਂ ਅਤੇ ਬਾਅਦ 'ਚੋਂ ਫਿਰ ਉਹਨਾਂ ਨੇ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ। ਬਾਬਾ ਜੀ ਨੇ ਹੱਥ ਰੱਖਿਆ, ਉਹਨਾਂ ਨੇ ਦਰਵਾਜ਼ੇ ਨੂੰ ਖੁੱਲ੍ਹਣ ਨਹੀਂ ਦਿੱਤਾ। ਸੱਚੇ ਪਾਤਸ਼ਾਹ ਨੇ ਸਭ ਕੁਛ ਵਾਹਿਗੁਰੂ ਨੇ ਕੀਤਾ। ਅੱਜ ਤੁਹਾਨੂੰ ਬਹਾਦਰੀ ਦਾ ਪੁਰਸਕਾਰ ਮਿਲਿਆ, ਕੀ ਕਹਿਣਾ ਚਾਹੋਗੇ? ਉਹਨਾਂ ਔਰਤਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਜੋ ਸਾਰਾ ਦਿਨ ਘਰ 'ਚ ਇਕੱਲੀਆਂ ਹੁੰਦੀਆਂ ਅਤੇ ਡਰ ਦੇ ਮਾਹੌਲ 'ਚ ਰਹਿੰਦੀਆਂ? ਡਰਨਾ ਨਹੀਂ ਆ, ਬਹਾਦਰੀ ਨਾਲ ਮਤਲਬ ਲੜਨਾ ਚਾਹੀਦਾ ਵਾ। ਥੋੜ੍ਹਾ ਭਾਵੇਂ ਜੇ ਅੰਦਰ ਵੀ ਆ ਜਾਏ ਕੋਈ ਤਾਂ ਫਿਰ ਵੀ ਆਪਣੇ ਆਪ ਨੂੰ ਸੇਫਟੀ ਕਰੋ, ਆਪਣੀ ਲੜੋ, ਜਿੰਨਾ ਹੋ ਸਕੇ ਆਪਾਂ ਬੱਚਿਆਂ ਦੀ ਸੇਫਟੀ ਕਰਨੀ ਚਾਹੀਦੀ ਆਪਣੇ ਪਹਿਲੇ। ਮੇਰਾ ਨਾਮ ਜਗਜੀਤ ਸਿੰਘ ਜੀ। ਭਾਈ, ਤੁਹਾਡੇ ਘਰ ਜਿਹੜੀ ਪਿਛਲੇ ਦਿਨ ਵਾਰਦਾਤ ਸਾਹਮਣੇ ਆਈ ਸੀ, ਉਸ ਤੋਂ ਬਾਅਦ ਤੁਹਾਡੀ ਪਤਨੀ ਵੱਲੋਂ ਬੜਾ ਸਾਹਸ ਨਾਲ ਉਸਦਾ ਮੁਕਾਬਲਾ ਕੀਤਾ ਗਿਆ ਅਤੇ ਅੱਜ ਉਹਨਾਂ ਨੂੰ ਪੁਰਸਕਾਰ ਦਿੱਤਾ ਗਿਆ ਹੈ, ਅਤੇ ਉਹਨਾਂ ਦੀ ਹੌਸਲਾ ਅਫਜ਼ਾਈ ਲਈ ਕੀ ਕਹਿਣਾ ਚਾਹੋਗੇ? ਇਹ ਜੀ ਵੇਖੋ ਜੀ, ਇੱਕ ਸੁਨੇਹਾ ਹੀ ਆ ਸਾਰੀ ਭੈਣਾਂ ਅਤੇ ਮਾਤਾ ਨੂੰ, ਜਿੱਦਾਂ ਦਾ ਮਾਹੌਲ ਚੱਲਣ ਦਾ ਵਾ, ਹਰ ਇੱਕ ਨੂੰ ਆਪਣੀ ਸੁਰੱਖਿਆ ਕਰਨੀ ਚਾਹੀਦੀ ਆ। ਅੱਜ ਕੱਲ੍ਹ ਇੰਨਾ ਮਾਹੌਲ ਖਰਾਬ ਹੋ ਚੁੱਕਾ ਪੰਜਾਬ ਦਾ, ਅੰਮ੍ਰਿਤਸਰ ਦਾ, ਕਿ ਹਰ ਇੱਕ ਜਨਾਨੀ ਜਾਂ ਭੈਣ ਕੋਈ ਬਾਹਰ ਨਹੀਂ ਨਿਕਲ ਸਕਦੀ, ਫਿਰ ਵੀ ਇਹਨਾਂ ਚੀਜ਼ਾਂ ਤੋਂ ਡਰਦੇ ਆ। ਇਹ ਕਿ ਡਰਨਾ ਨਹੀਂ ਚਾਹੀਦਾ, ਚੀਜ਼ ਦਾ ਡਟ ਕੇ ਮੁਕਾਬਲਾ ਕਰਨਾ ਚਾਹੀਦਾ ਵਾ ਚੀਜ਼ ਦਾ, ਅਤੇ ਜਿਹਦੇ ਡਰ ਕੇ ਅਤੇ ਸਮਝ ਲਓ ਕਿ ਇਹਨਾਂ ਨੇ ਹੈਵੀ ਹੋਣਾ ਵਾ ਚੀਜ਼ ਦਾ। ਹੁਣ ਵੇਖੋ ਵੀਡੀਓ ਤੁਸੀਂ ਵੇਖਿਆ ਵਾ, ਬੜੀ ਬਹਾਦਰੀ ਨਾਲ ਇਹਨਾਂ ਨੇ ਬੂਹਾ ਬੰਦ ਕੀਤਾ, ਸੋਚ ਸਮਝਣ ਕੇ ਇਹਨਾਂ ਨੇ ਆਪਣਾ ਬਚਾਅ ਕੀਤਾ ਬੱਚੇ ਦਾ, ਅਤੇ ਆਪਣੀ ਕੀ ਨਾਮ ਘਰ ਦਾ ਇਹਨਾਂ ਨੇ ਬਚਾਅ ਕੀਤਾ ਵਾ। ਇਹ ਇੱਕ ਸਾਰਾ ਸੁਨੇਹਾ ਹੈਗਾ ਵਾ ਕਿ ਡਟ ਕੇ ਮੁਕਾਬਲਾ ਕਰੋ। ਅੱਜ ਕੱਲ੍ਹ ਵੇਖੋ ਜੀ, ਔਰਤਾਂ ਦਾ ਜਜ਼ਬਾ ਵੀ ਹੈਗਾ ਵਾ ਆਪਣੇ ਅੰਦਰੋਂ, ਜਿਹੜਾ ਵੀ ਮਾਲਕ ਦੀ ਕਿਰਪਾ ਨਾਲ ਹੈਗਾ ਜਜ਼ਬਾ। ਅੱਜ ਕੱਲ੍ਹ ਝਾਂਸੀ ਦੀ ਰਾਣੀ ਹੋ ਗਈ ਚੀਜ਼ ਦੀ, ਝਾਂਸੀ ਰਾਣੀ ਵੀ ਲੜੀ ਡਟ ਕੇ ਮੁਕਾਬਲਾ ਕੀਤਾ ਸੀ। ਇਹ ਵੀ ਇੱਕ ਬੜਾ ਵੱਡਾ ਸੁਨੇਹਾ ਦਿੱਤਾ ਹੋਇਆ ਵਾ ਅਤੇ ਇਹਨਾਂ ਨੂੰ ਡਟ ਕੇ ਮੁਕਾਬਲਾ ਕਰਨਾ ਚਾਹੀਦਾ ਵਾ। ਮੇਰਾ ਨਾਮ ਪ੍ਰਿਆ ਸਿੰਘ ਸ਼ਾਸਤਰੀ ਹੈ, ਆਲ ਇੰਡੀਆ ਹਿਊਮਨ ਰਾਈਟਸ ਐਂਟੀ ਕ੍ਰਾਈਮ ਵਿੰਗ, ਵਾਈਸ ਪ੍ਰੈਸੀਡੈਂਟ ਪੰਜਾਬ। ਮੇਰੇ ਨਾਲ ਮਨਜੀਤ ਸਿੰਘ ਜੀ ਹੈ,
ਆਲ ਇੰਡੀਆ ਹਿਊਮਨ ਰਾਈਟਸ ਐਂਟੀ ਕ੍ਰਾਈਮ ਵਿੰਗ ਵਾਈਸ ਚੇਅਰਮੈਨ ਪੰਜਾਬ। ਅਸੀਂ ਜਿਹੜੇ ਘਰ 'ਚ ਤਿੰਨ ਬਦਮਾਸ਼ ਆਏ ਸੀਗੇ, ਉਸ ਘਰ 'ਚ ਉਸ ਲੇਡੀਜ਼ ਨੂੰ ਇੱਕ ਵੀਰਤਾ ਦੇ ਨਾਮ 'ਤੇ ਇੱਕ ਵੀਰ ਚੱਕਰ ਪ੍ਰਦਾਨ ਕਰਨ ਆਏ, ਔਰ ਅੱਜ ਦੀ ਜਨਰੇਸ਼ਨ ਨੂੰ ਇੱਕ ਮੈਸੇਜ ਜਾਂਦਾ ਹੈ, ਅੱਜ ਦੀ ਕੁੜੀਆਂ ਨੂੰ ਇੱਕ ਮੈਸੇਜ ਜਾਂਦਾ ਹੈ, ਕਿਸੇ ਤੋਂ ਡਰਨ ਦੀ ਲੋੜ ਨਹੀਂ, ਆਪਾਂ ਆਪਣੀ ਵੀਰਤਾ ਦਿਖਾ ਕੇ ਆਪਾਂ ਆਪਣੀ ਜੀਤ ਹਾਸਲ ਕਰ ਸਕਦੇ ਹਾਂ। ਇੱਕ ਸਾਰਿਆਂ ਵਾਸਤੇ ਇੱਕ ਬਹੁਤ ਅੱਛਾ ਮੈਸੇਜ ਹੈ, ਇਸ ਚੀਜ਼ ਨੂੰ ਜ਼ਰੂਰ ਫੋਲੋ ਕਰੋ, ਕਿਸੇ ਨੂੰ ਡਰਨ ਦੀ ਲੋੜ ਨਹੀਂ ਹੈ। ਹਮਾਰੀ ਬਹਿਣ ਇਹਨਾਂ ਤੋਂ ਸਿੱਖਣ ਦੀ ਲੋੜ ਹੈ ਸਾਰਿਆਂ ਨੂੰ, ਕਿੰਨੀ ਕੁ ਬਹਾਦਰੀ ਦਾ ਕੰਮ ਕੀਤਾ ਹੈ, ਅਤੇ ਆਪਾਂ ਆਪਣੀ ਸੰਸਥਾ ਵੱਲੋਂ ਹਿਊਮਨ ਰਾਈਟਸ ਵੱਲੋਂ ਇਹਨਾਂ ਨੂੰ ਬਹੁਤ ਬਹੁਤ ਧੰਨਵਾਦ ਦੇਣ ਅਤੇ ਬਹੁਤ ਬਹੁਤ ਸਵਾਗਤ। ਇੱਕ ਪਾਸੇ ਤੁਸੀਂ ਸਨਮਾਨ ਕਰਨ ਪਹੁੰਚੇ ਸੀ, ਦੂਸਰੇ ਪਾਸੇ ਪੁਲਿਸ ਦੀ ਕਾਰਗੁਜ਼ਾਰੀ ਨੂੰ ਕਿਸ ਤਰੀਕੇ ਦੇਖਦੇ, ਕਿਉਂਕਿ 4 ਤੋਂ 5 ਦਿਨ ਹੋ ਚੁੱਕੇ ਹੈ, ਹਜੇ ਤੱਕ ਪੁਲਿਸ ਆਰੋਪੀਆਂ ਨੂੰ ਫੜਨ ਦੇ ਵਿੱਚ ਨਾਕਾਮ? ਅਜੇ ਪੁਲਿਸ ਨੂੰ ਅਸੀਂ ਮਿਲਣ ਜਾਣਾ ਹੈ, ਸੀਨੀਅਰ ਅਫਸਰਾਂ ਨੂੰ ਮਿਲਣਾ ਹੈ, ਉਹਨਾਂ ਤੋਂ ਗੁਜ਼ਾਰਿਸ਼ ਕਰਨੀ ਹੈ ਕਿ ਇਹਨਾਂ ਨੂੰ ਜਲਦੀ ਤੋਂ ਜਲਦੀ ਇਨਸਾਫ ਦਿਲਾਇਆ ਜਾਵੇ। ਤੁਹਾਡਾ ਤੇ ਕੀ ਕਹਿਣਾ ਚਾਹੋਗੇ ਅੱਜ ਦੀ ਵੇਖ ਕੇ? ਮੇਰਾ ਨਾਮ ਮਨਜੀਤ ਸਿੰਘ ਜੀ, ਅਤੇ ਮੈਂ ਸਾਰਾ ਭੈਣਾਂ ਨੂੰ ਇਹੋ ਬੇਨਤੀ ਕਰਨਾ ਚਾਹੁੰਦਾ ਕਿ ਆਪਣੇ ਅੰਦਰ ਹੌਸਲਾ ਰੱਖਣ, ਇਹ ਚੀਜ਼ ਤੋਂ ਡਰ ਹੁੰਦਾ। ਅਤੇ ਜਿਸ ਤਰ੍ਹਾਂ ਇਹਨਾਂ ਵੱਲੋਂ ਮੁਕਾਬਲਾ ਕੀਤਾ ਗਿਆ ਲੁਟੇਰਿਆਂ ਦੇ ਨਾਲ, ਕੀ ਲੱਗਦਾ ਤੁਹਾਨੂੰ, ਹਰੇਕ ਨੂੰ ਇਸ ਤਰ੍ਹਾਂ ਕਰਨਾ ਚਾਹੀਦਾ? ਹਾਂਜੀ ਹਾਂਜੀ, ਹਰ ਇੱਕ ਨੂੰ ਕਰਨਾ ਚਾਹੀਦਾ ਜੀ, ਪੂਰੀ ਦਲੇਰੀ ਵਰਤਣੀ ਚਾਹੀਦੀ, ਕਿਸੇ ਕੋਲ ਡਰਨਾ ਨਹੀਂ ਚਾਹੀਦਾ, ਪੂਰਾ ਡਟ ਕੇ ਮੁਕਾਬਲਾ ਕਰਨਾ ਚਾਹੀਦਾ। ਮੈਂ ਆਪਣੀ ਸੰਸਥਾ ਵੱਲੋਂ ਇਹਨਾਂ ਇਸ ਪਰਿਵਾਰ ਨੂੰ ਪੂਰਾ ਆਸ਼ਵਾਸਨ ਦਵਾਉਂਦਾ ਕਿ ਇਨਸਾਫ ਦਵਾਵਾਂਗਾ ਇਹਨਾਂ ਨੂੰ ਮੈਂ ਪੂਰਾ।